ਇਹਨਾਂ ਨੇ 2016 'ਚ ਮੇਰੇ ਨਾਲ ਵਿਆਹ ਕੀਤਾ ਜੀ ਲੜਕੀ ਦਾ ਜੀ। ਇਹਨਾਂ ਨੇ ਗਰੀਬ ਪਰਿਵਾਰ ਦੀ ਲੜਕੀ ਲਈ, ਉਹਦਾ ਜਾਲੀ ਪਾਸਪੋਰਟ ਤਿਆਰ ਕਰਕੇ ਮੇਰੇ ਨਾਲ ਵਿਆਹ ਦਿੱਤੀ ਇਹਨਾਂ ਨੇ। 36 ਲੱਖ ਰੁਪਇਆ ਸਾਥੋਂ ਨਾਲ ਚਲਾ ਗਿਆ। ਸਾਰੇ ਕੇਸ ਇਹਨਾਂ ਸਾਹਮਣੇ ਪਏ, ਸਾਰੇ ਹੋਏ ਹੋਏ, ਜੇਲ ਕੱਟ ਗਿਆ, ਐਫ ਆਈ ਆਰ ਸਾਰੀਆਂ ਪਈਆਂ ਇਹਨਾਂ ਦੀ, 20 ਕੇਸ ਇਹਨਾਂ ਦੇ ਹੋ ਚੁੱਕੇ। ਉਹਨਾਂ ਦਾ ਕਹਿਣਾ ਕਿ ਮੇਰੇ ਮੈਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ, ਮੈਂ ਇੱਕ ਐਨ ਆਰ ਆਈ ਹੋਣ ਦੇ ਨਾਤੇ। ਕੋਈ ਨਹੀਂ ਝੂਠੇ ਕੇਸਾਂ 'ਚ ਕੌਣ ਫਸਾ ਦੂਗਾ ਜੀ ਕਿਸੇ ਨੂੰ, ਤੁਹਾਡੇ ਤੋਂ ਇਲਾਵਾ 20 ਕੇਸ ਹੋਰ ਲਾਈਆਂ ਹੋਈਆਂ ਸਾਡੇ ਨਾਲ। ਗਲਤ ਲੱਗੇ ਜੀ, ਬਿਲਕੁਲ ਹੀ ਗਲਤ ਰੋਕ ਲੱਗੇ ਹੈਗੇ ਆ, ਇਹ ਜਾਲਸਾਜ਼ ਕਰ ਰਹੇ ਲੋਕ ਸਾਡੇ ਨਾਲ। ਜਿਹੜੇ ਬੰਦੇ ਹੈਗੇ, ਜਿਹੜੇ ਬੰਦੇ ਇੱਥੇ ਦੇ ਮੈਰਿਜ ਜਿਹਨਾਂ ਨੇ ਕਰਾਈ, ਉਹ ਤਾਂ ਬੰਦਾ ਕੋਈ ਵਿੱਚ ਇਨਵੋਲਵ ਨਹੀਂ ਹੋਇਆ, ਨਾ ਉਹ ਬੰਦਾ ਫੜਿਆ, ਕੋਈ ਇਹਨਾਂ ਨੇ ਨਾ ਕੁਛ ਕੀਤਾ, ਮੇਰੇ ਨਾਲ ਵੈਸੇ ਕਰਦੇ ਪਏ ਆ। ਵਿਦੇਸ਼ ਭੇਜਣ ਦੇ ਨਾਂ ਤੇ ਆਏ ਦਿਨ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਬਾਗਾ ਪੁਰਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਔਰਤ ਵੱਲੋਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 36 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੀੜਤ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2016 ਵਿੱਚ ਸਿਮਰਜੀਤ ਕੌਰ ਨਾਲ ਹੋਇਆ ਸੀ ਅਤੇ ਉਸ ਨੂੰ ਕੈਨੇਡਾ ਦਾ ਜਾਲੀ ਪਾਸਪੋਰਟ ਵਿਖਾਇਆ ਗਿਆ ਸੀ ਅਤੇ ਉਹਨਾਂ ਕੋਲੋਂ 10-10 ਲੱਖ ਰੁਪਏ 3 ਕਿਸ਼ਤਾਂ ਵਿੱਚ ਲਏ ਗਏ, ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਬੇਅੰਤ ਸਿੰਘ ਨੇ ਇਹ ਵੀ ਦੱਸਿਆ ਕਿ ਨਰਿੰਦਰ ਕੌਰ ਤੇ ਅਜਿਹੇ ਦਰਜਨ ਤੋਂ ਵੱਧ ਕੇਸ ਚੱਲ ਰਹੇ ਹਨ ਅਤੇ ਇਸ ਵੱਲੋਂ ਕਈ ਪੋਲੇ ਪਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਚੁੱਕਿਆ ਹੈ। ਘਟਨਾ ਜੀ, ਇਹਨਾਂ ਨੇ 2016 'ਚ ਮੇਰੇ ਨਾਲ ਵਿਆਹ ਕੀਤਾ ਜੀ ਲੜਕੀ ਦਾ ਜੀ। ਇਹਨਾਂ ਨੇ ਗਰੀਬ ਪਰਿਵਾਰ ਦੀ ਲੜਕੀ ਲਈ, ਉਹਦਾ ਜਾਲੀ ਪਾਸਪੋਰਟ ਤਿਆਰ ਕਰਕੇ ਮੇਰੇ ਨਾਲ ਵਿਆਹ ਦਿੱਤੀ ਇਹਨਾਂ ਨੇ। 36 ਲੱਖ ਰੁਪਇਆ ਸਾਥੋਂ ਨਾਗਦ ਲੈ ਲਿਆ, ਬਾਕੀ ਵਿਆਹ ਦਾ ਖਰਚਾ ਸਾਰਾ ਸਾਥ। ਨਹੀਂ, ਤੁਸੀਂ ਇਹਨਾਂ ਨੂੰ ਕਿਵੇਂ ਮਿਲੇ ਜੀ? ਸਾਡੇ ਪਿੰਡ ਦਾ ਹੀ ਰਾਜ ਕਮਲਜੀਤ ਸਿੰਘ ਰਾਜਾ, ਉਹਨਾਂ ਦੀ ਪਤਨੀ, ਉਹਨਾਂ ਨੇ ਮਿਲਾਇਆ ਸੀ ਸਾਨੂੰ ਇਹਨਾਂ ਨਾਲ। ਤੇ ਹੋਰ ਕੌਣ ਲੋਕ ਸੀ ਨਾਲ? ਇੱਕ ਠੱਠੀ ਭਾਈ ਤੋਂ ਸੀਗੇ, ਅਜੈਬ ਸਿੰਘ ਸੀਗਾ, ਉਹਦੀ ਵਾਈਫ ਸੀਗੀ, ਅਜੈਬ ਸਿੰਘ ਦੀ ਉਹਦਾ ਲੜਕਾ ਸੀ ਬੱਬੂ ਜੀ। ਨਹੀਂ, ਇਹ ਬੰਦੇ ਉਹਨਾਂ ਨੂੰ ਕਿਵੇਂ ਜਾਣਦੇ ਸੀ? ਇਹਨਾਂ ਦੇ ਗਾਂ ਲਿੰਕ ਸੀ, ਇਹਨਾਂ ਦਾ ਗੈਂਗ ਆ ਜੀ ਪੂਰਾ। ਜਿਹੜੀ ਇਹ ਲੜਕੀ ਨਾਲ ਸ਼ਾਦੀ ਹੋਈ ਆ, ਉਹ ਲੜਕੀ ਕਿੱਥੇ ਜੀ? ਉਹ ਲੜਕੀ ਪਤਾ ਨਹੀਂ, ਇਹਨਾਂ ਨੇ ਮਲੇਸ਼ੀਆ ਭੇਜੀ ਹੋਈ ਆ, ਕਿਤੇ ਭੇਜੀ ਆ। ਤੁਹਾਨੂੰ ਕੀ ਕਹਿ ਕੇ ਜਿਹੜਾ ਮੈਰਿਜ ਕਰਵਾਈ ਗਈ? ਕੈਨੇਡਾ ਦਾ ਪਾਸਪੋਰਟ ਦਿਖਾ ਕੇ ਜਾਲੀ, ਉਹਦਾ ਕਰਕੇ ਉਹਦੇ ਪਿੱਛੇ ਦੇ ਦਿੱਤਾ ਗਿਆ। ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇਹ ਜਾਲੀ ਪਾਸਪੋਰਟ ਆ ਜਾਂ ਇਹਨਾਂ ਨੇ ਇੱਕ ਜਾਲਸਾਜੀ ਕੀਤੀ ਤੁਹਾਡੇ ਨਾਲ? ਤੁਹਾਨੂੰ ਕਦੋਂ ਕਿਸ ਤਰ੍ਹਾਂ ਪਤਾ ਲੱਗਿਆ? ਸਾਨੂੰ ਤਾਂ ਜੀ ਹੁਣ 10 ਮਹੀਨੇ ਹੋ ਗਏ ਉਦੋਂ ਪਤਾ ਲੱਗਿਆ ਜਦੋਂ ਕੇਸ ਕੀਤਾ ਇਹਨਾਂ ਦੇ। ਨਹੀਂ, ਕਿਸ ਤਰ੍ਹਾਂ ਤੁਹਾਡੇ ਤੁਹਾਨੂੰ ਧਿਆਨ 'ਚ ਕਿਵੇਂ ਆਇਆ? ਧਿਆਨ 'ਚ ਸਾਨੂੰ ਆਏ, ਇਹਨਾਂ ਦੇ ਵਿੱਚੋਂ ਹੀ ਲੋਕ ਪਾੜ ਕੇ ਆਪਸ ਮੈਂ ਲੜ ਕੇ ਇਹਨਾਂ ਨੇ, ਇਹਨਾਂ ਦੇ ਵਿੱਚੋਂ ਹੀ ਸਾਨੂੰ ਦੱਸਿਆ ਜੀ ਇਹਨਾਂ ਨੇ। ਮੈਰਿਜ ਤੋਂ ਬਾਅਦ ਲੜਕੀ ਤੁਹਾਡੇ ਨਾਲ ਰਹੀ? ਹਾਂਜੀ, ਰਹੀ। ਕਿੰਨਾ ਟਾਈਮ? ਪਹਿਲਾਂ ਵਿਆਹ ਤੋਂ ਬਾਅਦ 1 ਮਹੀਨਾ ਰਹੀ ਸੀਗੀ, ਬਾਅਦ 'ਚ 4 ਮਹੀਨੇ ਫੇਰ ਰਹੀ। ਅੱਛਾ, ਨਹੀਂ ਤੁਹਾਨੂੰ ਪਤਾ ਕਿਵੇਂ ਲੱਗਾ ਸਾਰਾ ਵੀ ਇਹ ਜਾਲੀ ਹੈਗਾ? ਇਹ ਕੰਮੋਂ ਕਰਮਜੀਤ ਕੌਰ ਕੰਮੋਂ ਆਈ ਇਹਨਾਂ ਨਾਲ ਸੀਗੀ, ਪਹਿਲਾਂ ਇਹਨਾਂ ਨਾਲ ਮਿਲੀ ਹੋਈ ਸੀਗੀ, ਬਾਅਦ 'ਚ ਆਪਸ ਮੈਂ ਲੜ ਪਈਆਂ, ਬਾਅਦ 'ਚ ਉਹਨਾਂ ਨੇ ਸਾਨੂੰ ਦੱਸਿਆ ਇਹਨਾਂ ਬਾਰੇ ਵੀ ਐਂ ਤੁਹਾਡੇ ਨਾਲ ਠੱਗੀ ਵੱਜੀ ਆ। ਇੱਕ ਜਿਹੜੇ ਕੇਸਾਂ ਦੀ ਗੱਲ ਕਰਦੇ ਸੀਗੇ, ਉਹ ਕਹਿੰਦੇ ਵੀ ਕੋਈ ਪ੍ਰੂਫ ਕਰਦੇ ਮੇਰੇ ਖਿਲਾਫ਼ ਹੋਰ ਕੋਈ ਕੇਸ ਹੈ? ਉਹ ਕਹਿੰਦੇ ਵੀ ਮੇਰੇ ਖਿਲਾਫ਼ ਹੋਰ ਕੋਈ ਕੇਸ ਨਹੀਂ ਹੈ, ਵੀ ਇਹਨਾਂ ਨੇ ਮੈਨੂੰ ਝੂਠੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ। ਨਹੀਂ, ਸਾਰੇ ਕੇਸ ਇਹਨਾਂ ਦੇ ਸਾਹਮਣੇ ਪਏ, ਸਾਰੇ ਹੋਏ ਹੋਏ, ਜੇਲ੍ਹ ਕੱਟ ਗਿਆ, ਐਫ ਆਈ ਆਰ ਸਾਰੀਆਂ ਪਈਆਂ ਇਹਨਾਂ ਦੀਆਂ, 20 ਕੇਸ ਇਹਨਾਂ ਦੇ ਹੋ ਚੁੱਕੇ ਜੀ। ਉਹਨਾਂ ਦਾ ਕਹਿਣਾ ਕਿ ਮੇਰੇ ਮੈਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ, ਮੈਂ ਇੱਕ ਐਨ ਆਰ ਆਈ ਹੋਣ ਦੇ ਨਾਤੇ। ਕੋਈ ਨਹੀਂ, ਝੂਠੇ ਕੇਸਾਂ 'ਚ ਕੌਣ ਫਸਾ ਦੂਗਾ ਜੀ ਕਿਸੇ ਨੂੰ? ਫਸਾ ਨਹੀਂ ਸਕਦੇ, 20 ਦੇ 20 ਇਹਨਾਂ ਦੇ ਕੇਸ ਪਏ ਆ ਜੀ, ਉਹਨਾਂ ਦੇ 20 ਕੇਸ ਹੋਰ ਆ ਤੁਹਾਡੇ? ਇਹਨਾਂ ਨੇ ਤਾਂ ਉਲਟਾ ਸਾਡੇ ਤੇ ਕੇਸ ਕਰਤਾ ਜੀ। ਤੁਹਾਡੇ ਤੋਂ ਇਲਾਵਾ 20 ਕੇਸ ਹੋਰ? ਤੁਹਾਡੇ ਤੋਂ ਇਲਾਵਾ 20 ਕੇਸ ਹੋਰ ਲਾਈਆਂ ਹੋਈਆਂ ਤੁਹਾਡੇ ਨਾਲ? ਕਿਡਨੈਪ ਕੀਤਾ ਮੈਨੂੰ, ਤਾਂ ਉਹਦੇ ਕਰਕੇ ਮੇਰੇ ਨਾਲ ਮੀਡੀਆ ਦੇ ਵਿੱਚ ਜਾਣ ਕੇ ਕਰ ਰਹੇ ਸਾਰੇ ਲੋਕ। ਰੋਪ ਲੱਗੇ ਹੈਗੇ ਆ ਵੀ ਤੁਸੀਂ? ਬਿਲਕੁਲ ਹੀ ਗਲਤ ਰੋਪ ਲੱਗੇ ਹੈਗੇ ਆ, ਇਹ ਜਾਲਸਾਜ਼ ਕਰ ਰਹੇ ਲੋਕ ਸਾਡੇ ਨਾਲ। ਜਿਹੜੇ ਬੰਦੇ ਹੈਗੇ, ਜਿਹੜੇ ਬੰਦੇ ਇੱਥੇ ਦੇ ਮੈਰਿਜ ਜਿਹਨਾਂ ਨੇ ਕਰਾਈ, ਉਹ ਤਾਂ ਬੰਦਾ ਕੋਈ ਵਿੱਚ ਇਨਵੋਲਵ ਨਹੀਂ ਹੋਇਆ, ਨਾ ਉਹ ਬੰਦਾ ਫੜਿਆ, ਕੋਈ ਇਹਨਾਂ ਨੇ ਨਾ ਕੁਛ ਕੀਤਾ।
ਮੇਰੇ ਨਾਲ ਵੈਸੇ ਕਰਦੇ ਪਏ ਨਹੀਂ ਤੁਹਾਡੇ ਤੇ ਹੋਰ ਵੀ ਹੋਰ ਕੋਈ ਨਹੀਂ ਹੈਗਾ ਜੀ ਮੈਂ ਕਿਸੇ ਤੇ ਕਰਾਇਆ ਸੀ ਇਹ ਰਲ ਕੇ ਉਹਨਾਂ ਨਾਲ ਸਾਰੇ ਜਿਹੜੇ ਰਲ ਕੇ ਮੈਨੂੰ ਇਹ ਟਪਕਾਉਣਾ ਚਾਹੁੰਦੇ ਆ ਤੇ ਜਿਹੜੀ ਉਹ ਪੈਸੇ ਦੀ ਗੱਲ ਚੱਲ ਰਹੀ ਹੈ ਕੀ ਉਹ 10 ਲੱਖ ਰੁਪਏ ਮੇਰੇ ਕੋਲ ਸੀ ਮੈਂ ਪਾਇਆ ਸੀ ਝੋਲੀ ਚ ਅੱਛਾ ਜੀ ਦੱਸ ਮੈਂ ਕਦੋਂ ਕਦੋਂ ਪਾਇਆ ਹੋਰ 10 ਲੱਖ ਰੰਗ ਸਰਮਣੀ ਤੇ 10 ਸੀ ਵਿਆਹ ਤੇ 10 ਸੀ ਕੋਲ ਮੈਂ ਤੇ ਤਾਂ 30 ਲੱਖ ਰੁਪਏ ਦਿੱਤਾ ਅੱਛਾ ਜਦੋਂ ਇਹ ਮੈਰਿਜ ਹੋਈ ਉਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਿਆ ਵੀ ਐਡਾ ਵੱਡਾ ਕਪਲਾ ਹੋ ਰਿਹਾ ਹੈ ਨਹੀਂ ਪਤਾ ਲੱਗਾ ਜੀ ਨਹੀਂ ਹੁਣ ਜਿਵੇਂ ਤੁਸੀਂ ਉਹ ਪਹਿਲਾਂ ਕਹਿ ਰਹੇ ਸੀਗੇ ਵੀ ਕੇਸਾਂ ਦੀ ਗੱਲ ਉਹ ਵਾਰ ਵਾਰ ਕਹਿੰਦੀ ਮੈਂ ਕਹਿੰਦੀ ਸੀ ਵੀ ਮੈਨੂੰ ਮੈਂ ਕਰੋ ਸਾਰੀ ਗੱਲਬਾਤ ਰੱਖੂਗੀ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਵੀ ਕੇਸਾਂ ਦੀ ਤੁਸੀਂ ਗੱਲ ਕੀਤੀ ਸੀਗੀ ਵੀ ਉਹ ਕੇਸਾਂ ਦੀ ਕੀ ਫੋਟੋ ਐਫ ਆਈ ਆਰ ਦੀ ਕਾਪੀਆਂ ਹੈਗੀਆਂ ਨੇ ਉਹਨਾਂ ਦੇ ਖਿਲਾਫ ਅਖਬਾਰ ਤੇ ਸਾਰਾ ਲਿਖਿਆ ਹੋਇਆ ਜੀ ਅਖਬਾਰ ਦੀ ਫੋਟੋ ਹੈਗੀ ਹੈ ਕਿੰਨੇ ਕੁ ਇਹਨਾਂ ਨੇ ਬੰਦਿਆਂ ਨਾਲ ਹੁਣ ਤੱਕ ਠੱਗੀ ਮਾਰੀ ਤੁਹਾਡੇ ਤੋਂ ਅਖਬਾਰ ਤੇ ਡੇਢ ਦਰਜਨ ਲਿਖਿਆ ਜੀ ਹੁਣ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਜੱਜ ਸਾਹਿਬ ਵੱਲੋਂ ਇਹਨਾਂ ਨੂੰ ਕੀ ਕਿਹਾ ਗਿਆ ਅੰਦਰ ਤਾਂ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਜੱਜ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਸਰ ਜੋ ਅੱਜ ਨਰਿੰਦਰ ਕੌਰ ਨੂੰ ਪੇਸ਼ ਕੀਤਾ ਗਿਆ ਸੀ ਉਹ ਕਿਸ ਸੰਬੰਧ ਵਿੱਚ ਪੇਸ਼ ਕੀਤਾ ਸਰ ਉਹਨੇ ਨਰਿੰਦਰ ਕੌਰ ਨੇ ਇਹਨਾਂ ਨਾਲ ਜਾਲੀ ਵਿਆਹ ਕਰਵਾ ਕੇ ਵਿਆਹ ਤੋਂ ਕੀ ਕੁੜੀ ਪਾਸਪੋਰਟ ਜਾਲੀ ਕਾਗਜ਼ ਪੱਤਰ ਤਿਆਰ ਜਾਲੀ ਕੀਤੇ ਅਤੇ ਇਹ ਮੁੰਡੇ ਦੇ ਨਾਲ ਲੜਕੀ ਦੀ ਇੱਕ ਮੈਰਿਜ ਕਰਵਾ ਤੀ ਵੀ ਮੈਂ ਇਹਨਾਂ ਦਾ ਵਿਆਹ ਕਰਵਾ ਕੇ ਤੈਨੂੰ ਕਨੇਡਾ ਸੈਟਲ ਕਰਾ ਦਾਂਗੇ ਲੇਕਿਨ ਉਹਨੇ ਨਹੀਂ ਕੀਤਾ ਉਹਨਾਂ ਦਾ ਪਰਪਜ ਇਹ ਸੀ ਸਾਰੇ ਜਿੰਨੇ ਵੀ ਅਕਿਊਜ਼ ਹੈਗੇ ਆ 6-7 ਉਹ ਸਾਰੇ ਰਲੇ ਮਿਲੇ ਹੋਏ ਸੀ ਉਹ ਰਲ ਮਿਲ ਕੇ ਇਹਨਾਂ ਨਾਲ ਉਹਨਾਂ ਨੇ ਠੱਗੀ ਮਾਰੀ 37 ਲੱਖ ਰੁਪਏ ਦੀ ਅਤੇ ਪੈਸੇ ਇਹਨਾਂ ਤੋਂ ਲੈ ਲਏ ਉਸ ਤੋਂ ਬਾਅਦ ਇਹਨਾਂ ਦੀ ਬਾਤ ਨਹੀਂ ਪੁੱਛੀ ਜਦੋਂ ਇਹਨਾਂ ਨੇ ਡਾਕੂਮੈਂਟ ਚੈੱਕ ਕਰਾਏ ਤਾਂ ਉਹ ਸਾਰੇ ਡਾਕੂਮੈਂਟ ਜਾਲੀ ਪ੍ਰੂਫ ਹੋਏ ਅੱਜ ਜੱਜ ਸਾਹਿਬ ਦੇ ਪੇਸ਼ ਕੀਤੇ ਗਏ ਉਹਨਾਂ ਨੇ ਕੀ ਜਿਹੜੇ ਹੈਗੇ ਉਹਨਾਂ ਲਈ ਆਰਡਰ ਕੀਤੇ ਜੱਜ ਸਾਹਿਬ ਨੇ ਜੁਡੀਸ਼ੀਅਲ ਭੇਜਤਾ 2 ਦਿਨ ਦਾ ਪੁਲਿਸ ਰਿਮਾਂਡ ਸੀ ਪੁਲਿਸ ਨੇ ਤਫਤੀਸ਼ ਕੀਤੀ ਹੈ ਉਹਦੇ ਹਜੇ ਕਾਗਜ਼ ਸਾਨੂੰ ਮਿਲਣੀ ਹੈ ਕਿ ਉਹਨਾਂ ਨੇ ਤਫਤੀਸ਼ ਕੀਤੀ ਹੈ ਅਤੇ ਹੁਣ ਉਹਨਾਂ ਨੇ ਜੁਡੀਸ਼ੀਅਲ 14 ਦਿਨ ਦੇ ਰਿਮਾਂਡ 'ਤੇ ਭੇਜਤਾ ਲੇਕਿਨ ਇਹਦੇ ਵਿੱਚ 420 ਅਤੇ 120 ਦੇ ਅਧੀਨ ਪਰਚਾ ਦਰਜ ਹੋਇਆ ਲੇਕਿਨ ਉਹਨੇ ਡਾਕੂਮੈਂਟ ਜਾਲੀ ਤਿਆਰ ਕੀਤੇ 420 467 ਹੋਰ ਕਈ ਧਾਰਾ ਇਹਦੇ 'ਤੇ ਅਟੈਚ ਹੁੰਦੀਆਂ ਅਤੇ ਉਹ ਪੁਲਿਸ ਲਾਊਗੀ ਅਤੇ ਉਸ ਤੋਂ ਬਾਅਦ ਇਹਦੀ ਫਿਰ ਦੇਖਾਂਗੇ ਬੀਲ ਦਾ ਇਸ ਔਰਤ 'ਤੇ ਹੋਰ ਵੀ ਕੋਈ ਕੇਸ ਹੈਗੇ ਜੀ ਅਤੇ 17-18 ਪਰਚੇ ਹੈਗੇ ਆ ਜੀ ਇੱਕ FIR ਸਾਡੇ ਕੋਲ ਹੋਰ ਹੈਗੀ ਹੈ ਪ੍ਰੈਜੈਂਟ ਬਾਕੀ ਇਹ ਇਕੱਠੀਆਂ ਕਰ ਰਹੇ ਆ ਵੀ ਕਈਆਂ ਥਾਵਾਂ 'ਤੇ ਇਹਨਾਂ ਦੇ ਪਰਚੇ ਹੈਗੇ ਆ ਇਹ ਫਰੋਡ ਕਰਦੀ ਹੈ ਲੇਡੀ ਔਰ ਕਰਪਟ ਲੇਡੀ ਆ ਇਹਦਾ ਧੰਦਾ ਹੀ ਇਹ ਆ ਜਿੰਨੇ ਮੁਲਜ਼ਮ ਹੈਗੇ ਸਾਰੇ ਲੋਕਾਂ ਨਾਲ 3-4 ਕਰੋੜ ਰੁਪਏ ਦੀ ਟੋਟਲ ਠੱਗੀ ਮਾਰ ਚੁੱਕੇ ਆ ਕਿਹੜੀ ਜਗ੍ਹਾ ਤੋਂ ਹੈ ਜੀ ਇਹ ਲੇਡੀ ਇਹ ਰਾਮਾ ਮੰਡੀ ਜਲੰਧਰ ਤੋਂ ਹੈਗੀ ਆ ਅਤੇ ਇਹਦੇ ਰਿਲੇਸ਼ਨ ਕਾਫੀ ਵੱਡੇ ਵੱਡੇ ਲੋਕਾਂ ਨਾਲ ਹੈਗੇ ਉਹਦੀ ਪਰਪਜ਼ 'ਤੇ ਬਾਅਦ ਵਿੱਚ ਇਹ ਬੇਲ ਕਰਾ ਕੇ ਆਪਦੀ ਨਿਕਲ ਵੀ ਜਾਂਦੀ ਆ ਇਹਦਾ ਪਰਪਜ਼ ਇਹ ਆ ਵੀ 3-4 ਕਰੋੜ ਦੀ ਠੱਗੀ ਮਾਰੋ 40-50 ਲੱਖ ਰੁਪਈਆ ਖਰਚੋ ਅਤੇ ਉਸ ਤੋਂ ਬਾਅਦ ਨਿਕਲ ਜਾਂਦੀ ਹੈ ਇਹ ਅਤੇ ਜਿਹੜੇ ਮਾੜੇ ਬੰਦੇ ਆ ਮਾੜੇ ਲੋਕ ਆ ਜਿਹੜੇ ਵਿਚਾਰਿਆਂ ਨੇ ਮਸਾਂ ਰੁਪਈਏ ਇਕੱਠੇ ਕੀਤੇ ਹੁੰਦੇ ਆ ਉਹ ਮੁੜ ਕੇ ਕਚਹਿਰੀਆਂ ਦੇ ਵਿੱਚ ਧੱਕੇ ਖਾਣ ਜੋਗੇ ਆ ਠੀਕ ਬਾਗਾ ਪੁਰਾਣਾ ਤੋਂ ਸੰਦੀਪ ਦਿੱਪੀ ਦੀ ਰਿਪੋਰਟ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਦਾ ਸਾਰੀ ਦੁਨੀਆ ਲਈ ਖੁੱਲਾ ਚੈਲੰਜ ਕਿ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕਿ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਕਿ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕਿ ਤੁਹਾਨੂੰ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ ਕਿ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕਿ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕਿ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਜੀ ਨੂੰ ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ